ਅਗਲਾ ਸਵਾਲ ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨ ਵੋ ਇਮਾਮ ਦਾ ਕੀ ਮਤਲਬ ਹੈ ਸਰ ਰਿਪੀਟ ਕਰਿਓ ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨ ਵੋ ਇੱਥੇ ਇਮਾਮ ਦਾ ਮਤਲਬ ਕੀ ਹੈ ਇਮਾਮ ਈੜੀ ਨੂੰ ਸਿਹਾਰੀ ਮੰਮੇ ਨੂੰ ਕੰਨਾ ਮੰਮਾ ਸਰ ਕੋਈ ਧਰਮ ਹੈ ਨਹੀਂ ਜੀ ਨੈਕਸਟ ਹਾਂਜੀ ਸਰ ਇਮਾਮ ਕੋਈ ਜਿਵੇਂ ਪੂਜਾ ਕਰਨੀ ਹੈ ਕੁਛ ਨਹੀਂ ਜੀ ਕੋਈ ਧਰਮ ਨਹੀਂ ਹੈ ਜੀ ਇਬਾਦਤ ਟੀਮ ਸੱਸਾ ਟੀਮ ਹਾਹਾ ਇਮਾਨ ਹੀ ਇਮਾਮ ਜੀ ਇਮਾਨ ਸਾਡਾ ਹੀ ਨਹੀਂ ਜੀ ਇਮਾਨ ਨਹੀਂ ਟੀਮ ਕੱਕਾ ਕੋਈ ਵਰਗ ਹਾਂਜੀ ਕੋਈ ਵਰਗ ਕੋਈ ਵਰਗ ਨਹੀਂ ਹੈ ਜੀ ਟੀਮ ਉੜਾ ਪਰਮਾਤਮਾ ਨਹੀਂ ਜੀ ਟੀਮ ਐੜਾ ਬਰਾਬਰ ਨਹੀਂ ਜੀ ਕਹਿੰਦੇ ਇਮਾਮ ਇਮਾਮ ਹੁੰਦਾ ਵੀ ਆਗੂ ਗੁਰੂ ਸਾਹਿਬ ਕਹਿੰਦੇ ਆ ਹਿੰਦੂ ਹੋਵੇ ਤੁਰਕ ਹੋਵੇ ਜਾਂ ਤੁਰਕਾਂ ਦੇ ਫਿਰਕੇ ਰਾਫਜੀ ਹੁੰਦੇ ਨੇ ਸ਼ੀਆ ਅਤੇ ਸਾਫੀ ਹੁੰਦੇ ਨੇ ਸੁੰਨੀ ਉਹ ਸੁੰਨੀ ਸੁਨਤ ਕਰਾਉਂਦੇ ਆ ਉਹ ਨਹੀਂ ਕਰਾਉਂਦੇ ਅਤੇ ਜਾਂ ਵਿਚਾਲੇ ਲਿਖਿਆ ਇਮਾਮ ਵੱਖ ਵੱਖ ਧਰਮ ਜਾਂ ਧਰਮਾਂ ਦੇ ਫਿਰਕਿਆਂ ਦੇ ਆਗੂ ਇਹ ਸਾਰੇ ਮਨੁੱਖ ਹੀ ਹੁੰਦੇ ਨੇ ਇਹਨਾਂ ਵਿੱਚ ਕੋਈ ਵੱਡਾ ਨਹੀਂ ਹੈ ਇੱਥੇ ਗੁਰੂ ਸਾਹਿਬ ਦੋ ਗੱਲਾਂ ਸਮਝਾਉਂਦੇ ਨੇ ਨਾ ਤਾਂ ਕੋਈ ਧਰਮ ਵੱਡਾ ਛੋਟਾ ਅਤੇ ਨਾ ਹੀ ਕਿਸੇ ਧਰਮ ਦੇ ਵਿੱਚ ਕੋਈ ਫਿਰਕਾ ਵੱਡਾ ਛੋਟਾ ਅਤੇ ਨਾ ਹੀ ਉਸ ਫਿਰਕੇ ਦਾ ਕੋਈ ਆਗੂ ਦੇ ਦੂਜੇ ਲੋਕ ਵੱਡੇ ਛੋਟੇ ਹੁੰਦੇ ਨੇ ਇਹ ਸਾਰੇ ਤਿੰਨੋਂ ਹੀ ਭਾਵੇਂ ਉਹ ਧਰਮ ਹੋਣ ਭਾਵੇਂ ਧਰਮਾਂ ਦੇ ਫਿਰਕੇ ਹੋਣ ਅਤੇ ਜਾਂ ਫਿਰਕਿਆਂ ਵਿੱਚ ਆਮ ਲੋਕ ਜਾਂ ਉਹਨਾਂ ਦੇ ਆਗੂ ਲੋਕ ਸਾਰੇ ਬਰਾਬਰ ਹੀ ਹੁੰਦੇ ਨੇ ਅਤੇ ਸਾਰਿਆਂ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਵੋ ਟੀਮ ਸੱਸਾ ਦਾ ਆਪਣਾ ਸਵਾਲ ਆਤਮ ਪ੍ਰਕਾਸ਼ ਤੋਂ ਕੀ ਭਾਵ ਹੈ ਮਨ ਵਿੱਚ ਚਾਨਣ ਹਾਂਜੀ ਮਨ ਵਿੱਚ ਚਾਨਣ ਹੋਣਾ ਮਨ ਅਤੇ ਆਤਮਾ ਇੱਕ ਚੀਜ਼ ਨਹੀਂ ਹਨ ਜੇ ਠੀਕ ਕਰਨਾ ਚਾਹੋ ਤਾਂ ਕਰ ਸਕਦੇ ਹੋ ਆਪਣੇ ਅੰਦਰ ਚਾਨਣ ਹੋਣਾ ਹਾਂ ਠੀਕ ਹੈ ਨੇੜੇ ਤੇੜੇ ਉਹਨਾਂ ਨੂੰ ਨੰਬਰ ਦੇ ਦਿਓ ਜੀ ਆਪਣੇ ਅੰਦਰੋਂ ਚਾਨਣ ਹੋਣਾ ਇਹ ਕਿਵੇਂ ਹੁੰਦਾ ਅਸੀਂ ਗੱਲ ਕੱਲ੍ਹ ਕੀਤੀ ਸੀ ਕਿ ਗੁਰਬਾਣੀ ਦਾ ਅਧਿਐਨ ਕਰਕੇ ਅੰਦਰੋਂ ਪ੍ਰਕਾਸ਼ ਹੁੰਦਾ ਇਹ ਪ੍ਰਕਾਸ਼ ਇਹੋ ਜਿਹਾ ਹੁੰਦਾ ਕਿ ਚਾਹ ਚੜ ਜਾਂਦਾ ਪਰ ਉਪਕਾਰ ਕਰਨ ਦਾ ਇਹ ਪ੍ਰਕਾਸ਼ ਇਹੋ ਜਿਹਾ ਹੁੰਦਾ ਕਿ ਆਪਣਾ ਆਪਾ ਕੁਰਬਾਨ ਕਰਨ ਦਾ ਚਾਹ ਚਾੜ ਦਿੰਦਾ ਬ੍ਰਹਮ ਗਿਆਨੀ ਪਰ ਉਪਕਾਰ ਅਮਾਹਾ ਮੌਲੀ ਧਰਤੀ ਮੌਲਿਆ ਆਕਾਸ਼ ਘੱਟ ਘੱਟ ਮੌਲਿਆ ਆਤਮ ਪ੍ਰਕਾਸ਼ ਕਈ ਕੋਟ ਪਾਲ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਕਾਸ਼ ਇਹਨਾਂ ਨੂੰ ਦੋ ਨੰਬਰ ਦੇ ਦਿਓ ਜੀ ਟੀਮ ਸੱਸਾ ਨੂੰ ਟੀਮ ਹਾਹਾ ਦਾ ਆਪਣਾ ਸਵਾਲ ਗਾਖੜੀ ਗਾਖੜੀ ਕੀ ਹੁੰਦੀ ਹੈ ਔਖੀ ਵੈਰੀ ਗੁੱਡ ਗਾਖੜੀ ਤੋਂ ਭਾਵ ਹੈ ਜੀ ਔਖੀ ਗੁਰਬਾਣੀ ਦੀ ਪੰਕਤੀ ਹੈ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਟੀਮ ਕੱਕਾ ਦਾ ਆਪਣਾ ਸਵਾਲ ਔਦ ਕੀ ਹੁੰਦੀ ਹੈ ਜੀ ਹਾਂਜੀ ਔਦ ਔਦ ਐੜਾ ਊੜੇ ਨੂੰ ਔਂਕੜ ਧੱਦਾ ਔਦ ਔਦ ਕਟਿਆ ਦਿਨ ਸਿਰ ਰਹਿਣ ਆ ਰਹੀ ਬਿਲਕੁਲ ਠੀਕ ਹੈ ਮਤਲਬ ਦੱਸੋ ਇਹਦਾ ਕੀ ਹੈ ਸਮਾਂ ਨਹੀਂ ਨਹੀਂ ਜੀ ਨਹੀਂ ਟੀਮ ਊੜਾ ਉਮਰ ਬਿਲਕੁਲ ਠੀਕ ਹੈ ਜੀ ਟੀਮ ਊੜਾ ਨੂੰ ਇੱਕ ਨੰਬਰ ਦੇ ਦਿਓ